ਸੋ ਨਵੇਂ ট্রেਡਰਾਂ ਲਈ ਆ ਬਹੁਤ ਇੰਪੋਰਟੈਂਟ ਵੀਡੀਓ ਆ ਜੇ ਤੁਸੀਂ ট্রেਡਿੰਗ ਕਰਨਾ ਚਾਹੁੰਦੇ ਆ ਕਦੀ ਵੀ ਲਾਈਵ ਅਕਾਊਂਟ ਦੇ ਵਿੱਚ ਡਾਇਰੈਕਟ ਟਰੇਡਿੰਗ ਨਹੀਂ ਕਰਨੀ ਪਹਿਲਾਂ ਡੈਮੋ ਅਕਾਊਂਟ ਯੂਜ਼ ਕਰੋ ਮਹੀਨਾ 2 ਮਹੀਨੇ 3 ਮਹੀਨੇ ਜਿੰਨਾ ਚਾ ਤੁਹਾਨੂੰ ਪਰਫੈਕਟਲੀ ਪਤਾ ਨਹੀਂ ਲੱਗਦਾ ਸਾਰੀ ਟਰੇਡਿੰਗ ਨੋਲੇਜ ਦਾ ਟਰੇਡਿੰਗ ਦੇ ਵਿੱਚ ਆਉਣ ਤੋਂ ਪਹਿਲੇ 6 ਮਹੀਨੇ ਕਦੀ ਵੀ ਤੁਸੀਂ ਟਰੇਡ 0.10 ਲੋਟ ਜਾਂ 1 ਲੋਟ ਜਿਹੜਾ ਵੀ ਮਿਨੀਮਮ ਰਿਕੁਆਇਰਮੈਂਟ ਹੈ ਉਸ ਟਰੇਡ ਦੀ ਉਸ ਤੋਂ ਜ਼ਿਆਦਾ ਟਰੇਡ ਕਦੀ ਵੀ ਨਹੀਂ ਖੋਲਣਾ ਡਸ ਨੋ ਮੈਟਰ ਹਾਊ ਮਾਰਕੀਟ ਵੋਲੇਟਾਈਲ ਇਸ ਡਸਨਟ ਮੈਟਰ ਕਿ ਤੁਹਾਨੂੰ ਲੱਗਦਾ ਕਿ ਤੁਸੀਂ ਕਿੰਨਾ ਪ੍ਰੋਫਿਟ ਬਣਾ ਲੈਣਾ ਕਦੀ ਵੀ ਰਿਸਕ ਨਹੀਂ ਲੈਣਾ ਟਰੇਡ ਓਪਨ ਕਰਨ ਤੋਂ ਪਹਿਲਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਤੁਹਾਡਾ ਸਟਾਪ ਲੌਸ ਕਿੱਥੇ ਲੱਗਣਾ ਹੈ ਸਟਾਪ ਲੌਸ ਲਾਉਣ ਲਈ ਨੀਰੈਸਟ ਰਿਸਿਸਟੈਂਸ ਲੈਵਲ ਦੇਖੋ ਚਾਰਟ ਦੇ ਉੱਤੇ ਚਾਰਟ ਨੂੰ ਜ਼ੂਮ ਕਰੋ ਦੇਖੋ ਚਾਰਟ ਕਿੱਥੋਂ ਮੁੜ ਕੇ ਆਇਆ ਲਾਸਟ ਜਿਹੜੀ ਰਿਸਿਸਟੈਂਸ ਸੀਗੀ ਦੂਜਾ ਜੇ ਤੁਹਾਨੂੰ ਨਹੀਂ ਪਤਾ ਐਟਲੀਸਟ 2% ਆਫ ਯੂਰ ਅਕਾਊਂਟ ਉਤੋਂ ਜ਼ਿਆਦਾ ਕਦੀ ਵੀ ਰਿਸਕ ਨਹੀਂ ਲੈਣਾ ਕਦੀ ਵੀ 2 ਤੋਂ ਜ਼ਿਆਦਾ ਟਰੇਡ ਨਹੀਂ ਓਪਨ ਕਰਨੇ ਜੇ ਤੀਜਾ ਟਰੇਡ ਓਪਨ ਕਰਨਾ ਹੈ ਮੇਕ ਸ਼ੋਰ ਕਿ ਪਹਿਲੇ ਦੋਨਾਂ ਦੇ ਵਿੱਚੋਂ ਇੱਕ ਟਰੇਡ ਤੁਹਾਡਾ ਜਾਂ ਪ੍ਰੋਫਿਟ ਜਾਂ ਸਟਾਪ ਲੋਸ ਟ੍ਰਿਗਰ ਹੋਇਆ ਹੋਣਾ ਚਾਹੀਦਾ ਹੈ ਜਦੋਂ ਇੱਕ ਵਾਰੀ ਟਰੇਡ ਖੁੱਲ ਗਏ ਆਪਣੇ ਹੱਥਾਂ ਨੂੰ ਆਪਣੇ ਚਤੜਾਸਲੇ ਦੇਖੇ ਰੱਖੋ ਜਾਂ ਕੰਪਿਊਟਰ ਬੰਦ ਕਰ ਦਿਓ ਤੇ ਆਪਣਾ ਕੰਮ ਕਰੋ ਤੇ ਆਪਣੇ ਉਸ ਸਟਾਪ ਲੋਸ ਤੇ ਟੇਕ ਪ੍ਰੋਫਿਟ ਦੇ ਟ੍ਰਿਗਰ ਹੋਣ ਦੀ ਵੇਟ ਕਰੋ ਕਦੀ ਵੀ ਟ੍ਰੇਡ ਕੱਟ ਪ੍ਰੋਫਿਟ ਤੇ ਬੰਦ ਹੋ ਜਵੇ ਜਾਂ ਟੇਕ ਪ੍ਰੋਫਿਟ ਦੇ ਨਾਲ ਬੰਦ ਹੋ ਜਵੇ ਰਿਗਰੈਟ ਨਹੀਂ ਕਰਨਾ ਇਟ ਡਸਨਟ ਮੈਟਰ ਉਸ ਤੋਂ ਬਾਅਦ ਉਹ ਟ੍ਰੇਡ ਕਿੰਨਾ ਵੀ ਉੱਚਾ ਚੱਲੇ ਜਵੇ ਕਦੀ ਵੀ ਰਿਗਰੈਟ ਨਹੀਂ ਕਰਨਾ ਆਪਣੇ ਰੂਲ ਨੂੰ ਫੁੱਲ ਡਿਸਪਲਾਈਨ ਦੇ ਨਾਲ ਫਾਲੋ ਕਰਨਾ ਹੈ ਇਹ ਨਹੀਂ ਸੋਚਣਾ ਕਿ ਤੁਸੀਂ ਮਹੀਨੇ 'ਚ ਐਕਸਪਰਟ ਹੋ ਜਾਓ ਕਿਉਂਕਿ ਜਿਹੜੇ ਲੋਕੀ ਟਰੇਡਿੰਗ ਦਾ 10-10 ਸਾਲ ਵੀ ਹੋ ਗਿਆ ਕਰਦੇ ਹਨ ਨੋਬਾਡੀ ਇਜ਼ ਐਕਸਪਰਟ ਯੈਟ ਸੋ ਆਪਣੇ ਡਿਸਪਲਾਈਨ ਜਿਹੜਾ ਬਣਾਉਣੇ ਆ ਉਹਨਾਂ ਨੂੰ ਹਮੇਸ਼ਾ ਫਾਲੋ ਕਰਨਾ ਜੇ ਤੁਹਾਨੂੰ ਐਂਗਜ਼ਾਇਟੀ ਆ ਜਾਂ ਬਲੱਡ ਪ੍ਰੈਸ਼ਰ ਦਾ ਇਸ਼ੂ ਆ ਆਈ ਊਡ ਸੇ ਸਟੇ ਅਵੇ ਫਰਮ ਥਿਸ ਟ੍ਰੇਡਿੰਗ ਸਾਈਡ ਸਾਰਿਆਂ ਨੂੰ ਇੰਪੋਰਟੈਂਟ ਜਿਹੜੀ ਚੀਜ਼ ਮੈਂ ਰਿਪੀਟ ਕਰਨ ਲੱਗਾ ਆ ਕਿ ਇਹ ਵੀਡੀਓ ਨੂੰ ਰਿਪੀਟ ਕਰਕੇ ਦੁਬਾਰਾ ਦੇਖੋ ਜਿੰਨਾ ਚਿਰ ਖਾਨੇ ਚ ਨਹੀਂ ਪੈ ਜਾਂਦੀ ਕਿਉਂਕਿ ਇਹ ਮੈਂ ਬਾਰ ਬਾਰ ਬਹੁਤ ਦੇਰ ਦਾ ਇਹ ਪੁਆਇੰਟਸ ਮੈਂ ਜਿੰਨੀ ਵਾਰ ਲਾਈਵ ਵੀ ਹੋਣਾ ਪਹਿਲੀ ਵੀਡੀਓ ਦੇ ਵਿੱਚ ਵੀ ਦੱਸ ਸਟਿਆ ਪਰ ਹੱਲੇ ਵੀ ਮੈਨੂੰ ਕਾਫੀ ਲੋਕੀ ਸਕਰੀਨਸ਼ਾਟਸ ਭੇਜਦੇ ਆ 올 ਦੋਸ ਮਿਸਟੇਕਸ 올 ਦੋਸ ਲਾਸਸ ਦੇ ਓਨਲੀ ਕਾਸਡ ਬਿਕੋਜ਼ ਤੁਸੀਂ ਆਪਣਾ ਡਿਸਪਲਿਨ ਫੋਲੋ ਨਹੀਂ ਕਰਦੇ ਤੁਸੀਂ ਇਹ ਰੂਲਸ ਫਾਲੋ ਕਰਨੇ ਆ ਜਿੰਨਾ ਚਿਰ ਤੁਹਾਡਾ ট্রেਡਿੰਗ ਅਕਾਊਂਟ ਅੰਡਰ 20000 ਹੈ ਜਦੋਂ ਤੁਹਾਨੂੰ ਲੱਗਦਾ ਕਿ ਤੁਸੀਂ ਤੁਹਾਡਾ ਅਕਾਊਂਟ ਵੱਡਾ ਹੋ ਗਿਆ ਯੂ ਕਾ ਮੋਰ ਮਨੀ ਇਨ ਯੋਰ ਅਕਾਊਂਟ ਯੂ ਆ 30 50 ਕੇ ਲੈਵੋ ਫਿਰ ਤੁਸੀਂ ਆਪਣੀ ਮਰਜ਼ੀ ਨਾਲ ਟਰੇਡ ਸ਼ੁਰੂ ਕਰ ਸਕਦੇ ਆ ਪਰ ਫਿਰ ਵੀ ਤੁਹਾਡਾ ਡਿਸਪਲਨ ਉੱਥੇ ਹੀ ਹੋਣਾ ਚਾਹੀਦਾ ਆ ਡਸ ਨੋ ਮੈਟਰ ਚਾਹੇ ਮਿਲੀਅਨ ਪਾਉਂਡ ਦਾ ਅਕਾਊਂਟ ਬਣ ਜਵੇ ਤੇ ਚਾਹੇ 10000 ਦਾ ਅਕਾਊਂਟ ਹੋਵੇ ਸਾਰੇ ਰੂਲ ਸਾਰਿਆਂ ਤੇ ਅਪਲਾਈ ਹੁੰਦੇ ਆ ਸਾਡਾ ਓਨਲੀ ਪਰਪਸ ਟਰੇਡਿੰਗ ਆਨ ਦਾ ਪ੍ਰੋਫਿਟ ਬਣਾਉਣਾ ਆ ਜੇ ਡਿਸਪਲਿਨ ਨਹੀਂ ਹੋਊਗਾ ਯ I hope this video will help you guys. Thank you.